असलाकुम जी मोहम्मद बुटा शादाब शादाब रंग हाज़िर सलाम कबूल करो अज जनाब मेरे सामने है पंजाबी रंग किताब पंजाब यूनीवर्सिटी की तरफों छापी गई है प्रोफेसर खालिद हमायू साहब शुभ है पंजाबी पंजाब यूनिवर्सिटी लाहौर उन्हें कोई पंजाबी तहकीक करके तो कुछ चीज़ा छापिया ने जिसे पंजाब के थिएटर के बारे उन्हें गलबात की थी पंजाब जी थैटर ज कि सन वो जनाब मेरे इलम के मुताबिक तमाम जड़े न ना ना लिखे ने तकरीबन पूरे नहीं है गलत ने उन्हें ना ना ने अब्दुल सलाम सियालकोटी का थिएटर साई इब्राहिम का थिएटर जहां आरा थिए बोधी शाहिएटर ਜਦ ਕਿ ਇਹ ਥੀਏਟਰਾਂ ਦੇ ਨਾਂ ਦੇ ਨਾਮ ਬਿਲਕੁਲ ਮੇਰੇ ਅੰਦਾਜ਼ੇ ਦੇ ਮੁਤਾਬਕ ਗਲਤ ਨੇ ਥੀਏਟਰ ਸੀ ਇੱਕ ਕਿਸਾਨ ਥੀਏਟਰ ਸੀ ਜਿਹਦੇ ਵਿੱਚ ਕਿਸਾਨ ਥੀਏਟਰ ਸੀ ਜਿਸ ਦਾ ਨਾਮ ਬਚਪਨ ਦੇ ਵਿੱਚ ਬੋਰਡ ਮੈਂ ਖੁਦ ਪੜਿਆ ਹੈ ਗਾਮਣ ਦਾ ਥੀਏਟਰ ਸੀ ਉਹ ਵੀ ਮੈਂ ਖੁਦ ਦੇਖਿਆ ਵੀ ਇਹ ਪੜਿਆ ਵੀ ਇਹ ਬਾਉ ਇਸਮੈਲ ਦਾ ਥੀਏਟਰ ਸੀ ਵਤਨ ਥੀਏਟਰ ਸੀ ਫੱਜੀ ਸ਼ਾਹ ਦਾ ਥੀਏਟਰ ਸੀ ਇਹਨਾਂ ਬੋਦੀਸ਼ਾ ਲਿਖਿਆ ਜਾਂਦ ਕੇ ਉਹ ਫੱਜੀ ਸ਼ਾ ਦਾ ਥੀਏਟਰ ਸੀ ਤੇ ਇਸ ਤੋਂ ਬਾਅਦ ਆਸ਼ਕ ਜੱਟ ਵੀ ਥੀਏਟਰ ਦੇ ਵਿੱਚ ਆਉਂਦਾ ਰਿਹਾ ਮੁxtਲਿਫ ਥੀਏਟਰ ਸਨ ਔਰ ਕਈ ਦਫਾ ਇਹ ਹੁੰਦੇ ਸੀ ਕਿ ਹਰ ਥੀਏਟਰ ਵਾਲਾ ਦੋ ਤਿੰਨ ਫਨਕਾਰਾਂ ਨੂੰ ਬੁਲਾ ਲਿੰਦਾ ਸੀ ਲੇਕਿਨ ਜਿਹੜਾ ਫਨਕਾਰ ਆਰਫ ਆਲਮ ਲੋਹਾਰ ਨੂੰ ਬੁਲਾਉਂਦਾ ਸੀ ਥੀਏਟਰ ਵਾਲਾ ਉਹ ਨੈਸ਼ਨ ਪੱਟੀ ਨੂੰ ਨਹੀਂ ਸੀ ਬੁਲਾਉਂਦਾ ਜਿਹੜਾ ਨੈਸ਼ਨ ਪੱਟੀ ਨੂੰ ਬੁਲਾਉਂਦਾ ਸੀ ਉਹ ਆਲਮ ਲੋਹਾਰ ਨੂੰ ਨਹੀਂ ਸੀ ਬੁਲਾਉਂਦਾ ਆ ਮੁਮਨ ਇਹਨਾਂ ਦੁਆ ਦੇ ਬਰਾਬਰ ਤੇ ਥੀਏਟਰ ਲੱਗਦੇ ਹੁੰਦੇ ਸਨ ਤੇ ਇਹਨਾਂ ਦੇ ਮੁਕਾਬਲੇ ਬਾਜ਼ੀ ਹੁੰਦੀ ਹੁੰਦੀ ਸੀ ਆਲਮ ਲੋਹਾਰ ਦਾ ਥੀਏਟਰ ਤੇ ਨੈਸ਼ਨ ਪੱਟੀ ਦਾ ਥੈਟਰ ਖੁੰਡੇ ਮੋੜ ਵੀ ਆਉਂਦਾ ਰਿਹਾ ਹੈ ਸ਼ਰਾਬ ਪਿੰਡੇ ਇੱਕ ਬੜਾ ਪੁਰਾਣਾ ਮੇਲਾ ਲੱਗਦਾ ਹੈ ਇੱਥੇ ਇਹਨਾਂ ਦੁਆ ਦੇ ਮੁਕਾਬਲੇ ਹੁੰਦੇ ਹੁੰਦੇ ਸਨ ਰਾਤ ਨੂੰ ਫਿਰ ਇਹਨਾਂ ਦੁਆ ਨੇ ਤੰਬੂ ਚੁੱਕਦੇ ਨੇ ਤੇ ਵੇਖਣਾ ਵੀ ਆਲਮ ਲੋਹਾਰ ਦੀ ਤਰਫ ਲੋਕ ਜ਼ਿਆਦਾ ਨੇ ਜਾਂ ਕਿ ਨੈਸ਼ਨ ਪੱਟੀ ਦੀ ਤਰਫ ਜ਼ਿਆਦਾ ਨੇ ਕੁਝ ਲੋਕਾਂ ਦੇ ਖਿਆਲ ਸੀ ਵੀ ਸ਼ਾਇਦ ਇਹਨਾਂ ਦਾ ਮੁਕਾਬਲਾ ਹੋ ਰਿਹਾ ਹੈ ਲੇਕਿਨ ਆਲਮ ਲੋਹਾਰ ਦਾ ਆਪਣਾ ਇੱਕ ਮਕਾਮ ਸੀ ਤੇ ਨੈਸ਼ਨ ਪੱਟੀ ਦਾ ਆਪਣਾ ਮਕਾਮ ਸੀ ਅਸੀਂ ਇਹਨਾਂ ਨੂੰ ਮੁਕਾਬਲਾ ਨਹੀਂ ਕਹਿੰਦੇ ਅਸੀਂ ਇਹ ਕਹਿੰਨੇ ਕਿ ਜੋ ਮਕਾਮ ਅੱਲਾਹ ਤਾਲਾ ਨੇ ਨਾਸਨ ਪੱਟੇ ਨੂੰ ਦਿੱਤਾ ਕਿਸੇ ਨੇ ਦਿੱਤਾ ਜੋ ਮਕਾਮ ਹਾਲਮਲੋਹਾਰ ਨੂੰ ਮਿਲਿਆ ਕਿਸੇ ਨੂੰ ਮਿਲ ਸਕਿਆ ਬਾਕੀ ਤਾਂ ਫਿਰ ਛੋਟੇ ਛੋਟੇ ਕਿਰਦਾਰ ਸਨ ਆਸ਼ਕ ਜੱਟ ਸੀ ਬਾਲੀ ਜੱਟੀ ਸੀ ਇਹ ਸਾਰੇ ਪਰ ਆਉਂਦੇ ਰਹੇ ਨੇ ਥੈਟਰਾਂ ਦੇ ਵਿੱਚ ਤੇ ਕੰਮ ਕਰਦੇ ਰਹੇ ਨੇ ਲੇਕਿਨ ਸਭ ਤੋਂ ਜ਼ਿਆਦਾ ਇਹਨਾਂ ਦੱਸਦੀ ਫੱਜੀ ਸ਼ਾਹ ਦਾ ਥੈਟਰ ਸੀ ਉਸ ਤੋਂ ਬਾਅਦ ਜਨਾਬ ਗਾਮਣ ਸ਼ਾਹ ਹੈਗਾ ਸੀ ਉਹ ਸਰੈਕੀ ਦਾ ਸੀ ਕੋਈ ਗਾਮਣ ਸ਼ਾਹ ਉਹਦਾ ਥੀਏਟਰ ਸਰਾਈਕ ਸਰਾਈਗੀ ਦੇ ਵਿੱਚ ਹੀ ਸਾਰੇ ਪ੍ਰੋਗਰਾਮ ਉਹਦੇ ਚ ਹੁੰਦੇ ਸਨ ਸਰਾਈਗੀ ਉਹ ਜ਼ਿਆਦਾ ਬੋਲਦੇ ਹੁੰਦੇ ਸਨ ਬਹੁਤ ਜ਼ਿਆਦਾ ਅੱਛਾ ਕਿਰਦਾਰ ਉਹਦੇ ਚ ਹੁੰਦੇ ਸਨ ਔਰ ਉਹ ਇਹਨਾਂ ਦੋ ਥੀਏਟਰਾਂ ਦੇ ਮੁਕਾਬਲੇ ਚ ਵੀ ਉਹ ਕਾਮਯਾਬੀ ਚ ਰਹਿੰਦਾ ਸੀ ਤੇ ਇਸ ਵਾਸਤੇ ਜਿਹੜਾ ਪੰਜਾਬ ਯੂਨੀਵਰਸਿਟੀ ਆ ਨਾ ਕਿਤਾਬ ਛਾਪੀ ਹੈ ਖਾਸ ਕਰਕੇ ਤੇ ਪ੍ਰੋਫੈਸਰ ਖਾਲਦ ਹਮਾਇਉ ਸਾਹਿਬ ਅਗਰ ਤਹਿਕੀਕ ਕਰ ਲੈਂਦੇ ਜਾਂ ਕਿ ਸਫਦਰ ਵਾਮਕ ਸਾਹਿਬ ਨੇ ਇੱਕ ਕਿਤਾਬ ਲਿਖੀ ਮਨਜ਼ੂਰ ਚੱਲੇ ਤੇ ਅਗਰ ਉਹਦਾ ਮਤਾਲਿਆ ਕਰ ਲੈਂਦੇ ਤੇ ਉਹਦੇ ਵਿੱਚ ਵੀ ਉਹਨੇ तमाम ਤਹਿਕੀਕ ਕਰਕੇ ਠੈਠਰਾਂ ਦੇ ਨਾਂ ਲਿਖੇ ਨੇ ਅਗਰ ਇਹਦੇ ਵਿੱਚ ਕੋਈ ਗਲਤੀ ਹੋਵੇਗੀ ਤੇ ਜਨਾਬ ਮੈਂ ਮਾਫ਼ ਰਚਾਣਾ ਬਰਹਾਲ ਮੇਰੇ ਇਲਮ ਦੇ ਮੁਤਾਬਕ ਇਹ ਨਾਂ ਜਿਹੜੇ ਨੇ ਗਲਤ ਨਾਲ ਲੈ ਗਏ ਨੇ ਸਹੀ ਨਾਂ ਨਹੀਂ ਲੈ ਗਏ ਮਿਹਰਬਾਨੀ